साहब सिंह आपने हूं तक गुरबाणी ते कुछ विचारां दा लाभ उठाया ते मैनू सफला कीता है। बाकी जो 9 बजे तक और समय अपने पास है उसनू सफला करो। बीबियां नू चाहिदा है जिन्हां पास बच्चे हैं तो पिछले पासे जा के बैठो, इस गल विच कोई हानि नहीं, कोई दुख नहीं, कोई कलेश नहीं। फायदा इतना है बच्चा रोंदा है, रिहाड़ करता है, उसनू उठ के चुप करा लेना या बाहर होके उसनू चुप करा लेना, इस गल विच सारी संगत नू लाभ मिलता। जेकर विचाले बैठे बच्चा रोंदा है, उहदे बोलण की आवाज़ आउंदी है, सारी संगत का ख्याल उधर जाता है, जो ख्याल किसी रंग विच लिवलीन हुंदा है, हरी जस विच जुड़िया हुंदा है, जदों टुटदा है उस ख्याल के टुटण का दोष उसका पाप उसी नूं लगना है जिसने ये कुछ करना है। ते पिछले पासे बैठन दे विच उन्हां नूं लाभ है, फायदा है। दर्शन मेला भी उत्थों हो सकता है, शब्द भी उत्थे सुनी जा सकता है, कोई भी गल नहीं। इस वास्ते यह जो सियाने मुल्क विच रहण वालियां तुसीं सियाणियां बीबियां हो, तुहानूं सियाणप ते कम लेना चाहिए। बाकी कुछ प्रेमी जो सेवादार वो भी खड़े हो जाण ते इन चुपचाप की कोशिश कर सकते, ऐसा हो समय नू पूरा पूरा सफला तदे ही किया जा सकता है, पूरा आनंद तदे ही होता है। बिल्कुल एक दूजे का साह भी किसी को ना सुने, बच्चे की आवाज़ तो थोड़ी दर्दनाक रही। आ हुण सारे ही रसना नू सफला करन दी खेचल करो, शब्द विच बोलिया करो, पहले दास बोलिया करेगा, फिर सारे भाई बोलो, तीसरे पासे गज बज के सब बीबियां बोलन की खेचल करो। चरण पर दरबारे स्वामी चरण पर दरबारे I'm
ਸਵਾਮੀ ਸ਼ਰਨ ਕਰਿਓ ਦਰਬਾਰੇ ਕੋਟ ਪਰਾਗ ਖੰਡਨ ਕੇ ਦਾਤੇ ਤੁਧ ਬਿਨ ਕਵਨ ਉਧਾਰੇ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਤ ਬੰਧ ਹਾਰੇ ਸ਼ਰਨ ਪਰਿਓ ਦਰਬਾਰੇ ਸਵਾਮੀ ਸ਼ਰਨ ਪਰਿਓ ਦਰਬਾਰੇ ਸ਼ਰਨ ਪਰਿਓ ਦਰਬਾਰੇ ਸਵਾਮੀ ਸ਼ਰਨ ਪਰਿਓ ਦਰਬਾਰੇ
ਸਾਧ ਸੰਗਤ ਆਪਣੇ ਖਿਆਲਾਂ ਨੂੰ ਬਾਹਰੋਂ ਰੋਕਣ ਦੀ ਖੇਚਲ ਕਰੋ। ਜਿਤਨੀ ਦੇਰ ਤੱਕ ਖਿਆਲ ਬਾਹਰੋਂ ਨਹੀਂ ਰੁਕਦਾ ਹੁੰਦਾ, ਸ਼ਬਦ ਨਾਲ ਨਹੀਂ ਜੁੜਿਆ ਕਰਦਾ। ਸ਼ਬਦ ਨਾਲ ਜੁੜੇ ਬਿਨਾਂ ਸ਼ਬਦ ਦਾ ਬਾਣੀ ਦਾ ਆਨੰਦ ਨਹੀਂ ਪ੍ਰਾਪਤ ਹੁੰਦਾ। ਗੁਰੂ ਬਾਬਾ ਜੀ ਦੀ ਸਿੱਖਿਆ ਜੋ ਜੀਵ ਨੂੰ ਲੋਕ ਸੁਖੀ ਪੁਰਲੋਕ ਸੁਹੇਲਾ ਬਣਾਉਣ ਵਾਲੀ ਹੈ, ਇਹਦੀ ਸਮਝ ਨਹੀਂ ਪਿਆ ਕਰਦੀ। ਸਮਝ ਨਾ ਪੈਣ 'ਤੇ ਉਸਦੇ ਉੱਪਰ ਅਮਲ ਨਹੀਂ ਹੋਇਆ ਕਰਦਾ। ਅਮਲ ਹੋਏ ਬਿਨਾਂ ਜੀਵ ਦਾ ਨਿਸਤਾਰਾ ਨਹੀਂ। ਇਸ ਕਰਕੇ ਧਿਆਨ ਦੇ ਕੇ ਪਹਿਲੇ ਸੁਣਨਾ ਹੀ ਹੁੰਦਾ ਹੈ। ਇਹ ਮਾਨੁਖ ਸਰੀਰ ਜੀਵ ਨੂੰ ਬੜੇ ਲੰਮੇ ਚੱਕਰ ਤੋਂ ਬਾਅਦ ਹੱਥ ਆਇਆ। ਕਈ ਜਨਮ ਫੇ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਰੰਕਾਲੇ ਦੇ ਸੰਜਰੀਏ। ਇਨਸਾਨ ਦੋ ਹਿੱਸਿਆਂ ਦਾ ਬਣਿਆ, ਇੱਕ ਰੂਹ ਹੈ, ਦੂਸਰਾ ਜਿਸਮ ਹੈ। ਜਿਸਮ ਫਾਨੀ ਚੀਜ਼ ਹੈ, ਰੂਹ ਵਿਨਾਸ਼ੀ ਚੀਜ਼ ਹੈ। ਰੂਹ ਪਰਮਾਤਮਾ ਦਾ ਪੁੱਤਰ ਹੈ, ਜਿਸਮ ਨਾਸ਼ਵੰਤ ਚੀਜ਼ ਹੈ, ਪੰਜਾਂ ਤੱਤਾਂ ਦੀ ਬਣਾਵਟ ਹੈ। ਜਿਸਮ ਕੁਛ ਦੇਰ ਵਾਸਤੇ ਮਿਲਿਆ ਹੈ। ਜਨਮ ਔਰ ਮਰਨ ਦੇ ਸਮੇਂ ਦੇ ਦਰਮਿਆਨ ਜਿਸਨੂੰ ਉਮਰ ਕਹਿੰਦੇ ਹਨ, ਉਤਨੀ ਦੇਰ ਵਾਸਤੇ ਹੀ ਮਿਲਿਆ। ਭਾਵੇਂ ਪਹਿਲੇ ਸਮਿਆਂ ਦੇ ਵਿੱਚ ਲੱਖ ਲੱਖ ਵਰ੍ਹੇ ਵਾਸਤੇ ਜਿਸਮ ਮਿਲ ਜਾਂਦਾ ਸੀ, ਅਗਲਾ ਸਮਾਂ ਆਇਆ ਦਸ ਦਸ ਹਜ਼ਾਰ ਵਰ੍ਹੇ ਵਾਸਤੇ ਮਿਲਦਾ ਸੀ, ਉਸ ਤੋਂ ਅਗਲਾ ਸਮਾਂ ਆਇਆ ਹਜ਼ਾਰ ਹਜ਼ਾਰ ਵਰ੍ਹੇ ਵਾਸਤੇ ਮਿਲਦਾ ਸੀ। ਇਹ ਕਲਯੁੱਗ ਦਾ ਸਮਾਂ ਹੈ, ਸੌ ਸਾਲ ਜ਼ਿਆਦਾ ਤੋਂ ਜ਼ਿਆਦਾ ਉਮਰ ਮੰਨੀ ਹੈ ਇਸਦੀ। ਪਰ ਇਹ ਸਮੇਂ ਦਾ ਦੀਰਘ ਆਯੂ ਦਾ ਬੰਦਾ 70-80 ਦੇ ਦਰਮਿਆਨ ਮੰਨਿਆ ਜਾ ਸਕਦਾ ਹੈ। ਭਾਵੇਂ ਇਸਦਾ ਨਿਯਮ ਨਹੀਂ, ਕਈ ਮਾਤਾ ਦੇ ਉਦਰ ਵਿੱਚ ਮਰ ਜਾਂਦੇ ਨੇ, ਕਈ ਜੰਮਦੇ ਹੀ, ਕਈ ਕੁਛ ਦਿਨਾਂ ਦੇ ਹੋ ਕੇ, ਕੋਈ ਕੁਛ ਮਹੀਨਿਆਂ ਦੇ, ਕੋਈ ਬਚਪਨ ਵਿੱਚ, ਕੋਈ ਜਵਾਨੀ ਵਿੱਚ। ਬੁਢਾਪੇ ਤੋਂ ਬਾਅਦ ਤਾਂ ਕੁਛ ਸਮਾਂ ਮੰਨਿਆ ਨਹੀਂ ਨਾ, ਜਦੋਂ ਫਸਲ ਪੱਕ ਜਾਂਦੀ ਹੈ, ਜ਼ਿਮੀਂਦਾਰ ਵੱਢਣ ਦੀ ਕਰਦਾ। ਇਸੀ ਤਰ੍ਹਾਂ ਹੀ ਜਦੋਂ ਬਿਰਧ ਅਵਸਥਾ ਆ ਜਾਂਦੀ, ਫਿਰ ਤਾਂ ਇਸਨੂੰ ਕਿਹਾ ਨਹੀਂ ਨਾ ਜਾਂਦਾ, ਕਹਿ ਦਿੰਦਾ ਬਾਕੀ ਹੈ। ਪਰ ਇਹ ਵੀ ਨਹੀਂ ਕਿਹਾ ਜਾਂਦਾ ਬਚਪਨ, ਜਵਾਨੀ, ਬੁਢਾਪਾ ਆਦਿ, ਇਹ ਵੀ ਕੁਛ ਨਹੀਂ ਕਿਹਾ ਜਾ ਸਕਦਾ। ਹਾਂ, ਅਖੀਰ ਇਸਨੇ ਬਿਨਸਣਾ ਹੈ, ਉਸ 'ਤੇ ਪਹਿਲੇ ਪਹਿਲੇ ਇਸ ਸਰੀਰ ਤੋਂ ਇਸਨੇ ਕੰਮ ਲੈਣਾ। ਜੇਕਰ ਇਸਨੂੰ ਸਿਰਫ ਦੁਨਿਆਵੀ ਧੰਦਿਆਂ ਵਿੱਚ ਹੀ ਲਗਾ ਦਿੱਤਾ ਤਾਂ ਜਿਹਾ ਜਿਹਾ ਇਹ ਧਾਰਿਆ, ਜਿਹਾ ਨਾ ਧਾਰਿਆ। ਜੇ ਵਿਵਹਾਰ ਕਰਦਿਆਂ ਹੋਇਆਂ ਆਪਣਾ ਪਰਮਾਰਥਕ ਫਰਜ਼ ਵੀ ਨਾਲ ਨਾਲ ਅਦਾ ਕਰਦਾ ਜਾਂਦਾ ਹੈ, ਉਹੀ ਪੂਰਾ ਇਨਸਾਨ ਕਹਿਲਾ ਸਕਦਾ ਹੈ, ਉਹੀ ਇਸ ਜਿਸਮ ਤੋਂ, ਇਸ ਮਾਨਵ ਤਨ ਤੋਂ ਲਾਭ ਉਠਾ ਸਕਦਾ ਹੈ। ਇਸ ਵਾਸਤੇ ਇਸ ਮਾਨਵ ਤਨ ਨੂੰ ਸਫਲਾ ਕਰਨ ਦੀ ਖੇਚਲ ਕਰੋ। ਸਫਲਾ ਹੁੰਦਾ ਹੈ ਸਤਸੰਗ ਦੁਆਰਾ, ਗੁਰੂ ਦੀ ਸ਼ਰਨ ਵਿੱਚ ਆ ਕੇ ਔਰ ਨਾਮ ਜਪ ਕੇ। ਸਤਿਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧੇ ਦੀ ਸਾਰ ਕਰਦੇ ਕਰਦੇ ਅੱਜ ਕਿਸੇ ਪ੍ਰੇਮੀ ਦੇ ਘਰ ਠਹਿਰੇ ਹਨ। ਪਹਿਲੇ ਦੀ ਉਹ ਸੰਤਾਂ ਦੀ ਸੇਵਾ ਕਰਿਆ ਕਰਦਾ, ਹਰ ਮਹਾਂਪੁਰਖ ਦੇ ਪਾਸ ਇੱਕ ਸਵਾਲ ਕਰਦਾ ਹੁੰਦਾ, ਮਹਾਰਾਜ ਸੰਤਾਂ ਦੇ ਦਰਸ਼ਨ ਦਾ, ਸੰਗਤ ਦਾ, ਉਹਨਾਂ ਦੀ ਸੇਵਾ ਦਾ ਕੀ ਫਲ ਹੋਇਆ ਕਰਦਾ। ਇਹ ਸਵਾਲ ਉਸਦਾ ਹਰ ਮਹਾਂਪੁਰਖ ਦੇ ਪਾਸ ਹੁੰਦਾ। ਹਾਂ, ਜਥਾ ਯੋਗ ਮਹਾਂਪੁਰਖਾਂ ਨੇ ਉੱਤਰ ਦੇਣਾ, ਪਰ ਇਹੀ ਸਵਾਲ ਉਸਨੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਵੀ ਕੀਤਾ। ਗਰੀਬ ਨਿਵਾਜ ਸੰਤਾਂ ਦੇ ਦਰਸ਼ਨ ਦਾ, ਸੰਗਤ ਦਾ, ਸੇਵਾ ਦਾ ਕੀ ਫਲ ਹੁੰਦਾ ਹੈ। ਇਹ ਬਚਨ ਸੁਣ ਕੇ ਗੁਰੂ ਬਾਬਾ ਜੀ ਨੇ ਫਰਮਾਨ ਕੀਤਾ, ਪ੍ਰੇਮੀ ਆ, ਸ਼ਾਮ ਦੇ ਵਕਤ ਜਾਂ ਸੂਰਜ ਦੇ ਛਪਾ ਦਾ ਵਕਤ ਹੋਵੇ, ਤੁਹਾਡੇ ਲਹਿੰਦੇ ਵੱਲ ਜਿਹੜਾ ਛੱਪੜ ਹੈ ਪਿੰਡ ਦੇ, ਉਸਦੇ ਕਿਨਾਰੇ ਜਾਵੀਂ, ਤੈਨੂੰ ਉੱਥੋਂ ਇਸਦਾ ਜਵਾਬ ਮਿਲੇਗਾ।
ਭਾਵੇਂ ਇਸ ਨੂੰ ਜਵਾਬ ਪਹਿਲੇ ਮਿਲ ਚੁੱਕਾ ਸੀ ਪਰ ਅਜੇ ਸੰਤੁਸ਼ਟਤਾ ਨਹੀਂ ਸੀ ਆਈ, ਇਸ ਨੂੰ ਸੰਤੋਖ ਨਹੀਂ ਸੀ ਆਇਆ, ਤਸੱਲੀ ਨਹੀਂ ਸੀ ਹੋਈ। ਇਸ ਵਾਸਤੇ ਗੁਰੂ ਬਾਬਾ ਜੀ ਉਸਨੂੰ ਪ੍ਰੈਕਟੀਕਲੀ ਜਵਾਬ ਦੇਣ ਵਾਸਤੇ ਇੱਕ ਕੌਤਕ ਰਚਦੇ ਹਨ। ਹਾਂ, ਤੁਹਾਡੇ ਪਿੰਡ ਦੇ ਲਹਿੰਦੇ ਵੱਲ ਜਿਹੜਾ ਛੱਪੜ ਹੈ, ਸੂਰ ਦੇ ਛਿਪਣ ਵੇਲੇ ਉੱਥੇ ਜਾਵੀਂ, ਤੈਨੂੰ ਜਵਾਬ ਮਿਲੇਗਾ। ਚਲਾ ਗਿਆ, ਚਾਰ ਚੁਫੇਰੇ ਛੱਪੜ ਦੇ ਫਿਰ ਰਿਹਾ ਹੈ, ਕੀ ਦੇਖਦਾ ਹੈ? ਆਦਮੀ ਕੋਈ ਨਹੀਂ, ਇੱਕ ਕਾਵਾਂ ਦਾ ਜੋੜਾ ਜਿਨ੍ਹਾਂ ਦੇ ਰੰਗ ਕਾਲੇ। ਕਾਵਾਂ ਦੀ ਖੁਰਾਕ ਬਿਸ਼ਟਾ ਗੰਦਗੀ ਆਦਿਕ ਹੁੰਦੀ ਹੈ। ਕਾਂ ਦਾ ਸੁਭਾਅ ਵੀ ਕਰੂਰ ਹੁੰਦਾ ਹੈ, ਕਿਸੇ ਪਸ਼ੂ ਆਦਿ ਦੇ ਜ਼ਖਮ ਦੇਖਣਾ, ਉੱਥੇ ਠੁੰਗ ਮਾਰ ਕੇ ਆਪ ਖੁਸ਼ ਉਹਨਾਂ ਨੂੰ ਦੁਖੀ ਕਰਨ। ਇਹ ਜੇ ਸੁਭਾਵਾਂ ਵਾਲਾ ਇੱਕ ਕਾਵਾਂ ਦਾ ਜੋੜਾ ਬੈਠਾ ਦੇਖਿਆ। ਕਾਫ਼ੀ ਦੇਰ ਫਿਰਦਾ ਰਿਹਾ, ਜਦੋਂ ਅੰਧੇਰਾ ਹੋ ਗਿਆ, ਮੁੜਿਆ ਵੀ ਆਦਮੀ ਤਾਂ ਕੋਈ ਮਿਲਿਆ ਨਹੀਂ। ਆ ਕੇ ਗੁਰੂ ਬਾਬਾ ਜੀ ਦੇ ਚਰਨਾਂ 'ਤੇ ਨਮਸਕਾਰ ਕਰਕੇ ਅਰਜ਼ ਕਰ ਦਿੱਤੀ, ਸੱਚੇ ਪਾਤਸ਼ਾਹ, ਆਦਮੀ ਕੋਈ ਨਹੀਂ ਮਿਲਿਆ, ਕਾਵਾਂ ਦਾ ਜੋੜਾ ਸੀ। ਜਾਨਵਰ ਸਨ, ਉਹਨਾਂ ਨੂੰ ਕੀ ਪੁੱਛਦਾ? ਗੁਰੂ ਜੀ ਨੇ ਫਰਮਾਇਆ, ਕੱਲ੍ਹ ਫਿਰ ਜਾਣਾ। ਦੂਸਰੇ ਦਿਨ ਫਿਰ ਜਾਂਦਾ ਹੈ, ਕੀ ਦੇਖਦਾ? ਉੱਥੇ ਬਗਲਿਆਂ ਦਾ ਜੋੜਾ ਬੈਠਾ, ਜਿਹਦੇ ਰੰਗ ਸਫੈਦ ਹਨ, ਪਰ ਬਗਲਿਆਂ ਦੀ ਖੁਰਾਕ ਡੱਡਾਂ ਆਦਿਕ ਹੁੰਦੀ ਹੈ। ਇਹੋ ਜਿਹਾ ਬਗਲਿਆਂ ਦਾ ਜੋੜਾ ਦੇਖਿਆ, ਬੜੀ ਦੇਰ ਤੱਕ ਫਿਰਦਾ ਰਿਹਾ, ਪਰ ਆਦਮੀ ਵੀ ਨਹੀਂ ਨਜ਼ਰ ਆਇਆ। ਇਹ ਵੀ ਜਾਨਵਰ ਹਨ, ਪਹਿਲਿਆਂ ਨਾਲੋਂ ਕੁਛ ਚੰਗੇ ਮੰਨੇ ਜਾਂਦੇ ਹਨ। ਆ ਕੇ ਫਿਰ ਅਰਜ਼ ਕਰ ਦਿੱਤੀ ਗਰੀਬ ਨਵਾਜ਼, ਇੱਕ ਬਗਲਿਆਂ ਦਾ ਜੋੜਾ ਸੀ, ਆਦਮੀ ਕੋਈ ਨਹੀਂ ਦੇਖਿਆ। ਗੁਰੂ ਜੀ ਨੇ ਫਰਮਾਇਆ, ਕੱਲ੍ਹ ਫਿਰ ਜਾਈਂ। ਤੀਜੇ ਦਿਨ ਫਿਰ ਜਾਂਦਾ ਹੈ, ਫਿਰ ਉੱਥੇ ਕੀ ਦੇਖਦਾ ਹੈ? ਇੱਕ ਹੰਸਾਂ ਦਾ ਜੋੜਾ ਬੈਠਾ। ਹੰਸ ਉਹ ਜਾਨਵਰ ਹੈ ਜਿਸਦਾ ਰੰਗ ਸਫੈਦ ਹੈ, ਔਰ ਖੁਰਾਕ ਇਸਦੀ ਦੁੱਧ ਹੀਰੇ ਮੋਤੀ ਹੁੰਦਾ, ਪਰ ਇਸਦੀ ਚੁੰਝ ਵਿੱਚ ਖਟਿਆਈ ਹੁੰਦੀ ਹੈ। ਖਟਿਆਈ ਹੋਣ ਦੇ ਕਾਰਨ ਅਗਰ ਦੁੱਧ ਪਾਣੀ ਮਿਲਾ ਕੇ ਉਸਦੇ ਅੱਗੇ ਕਿਸੇ ਬਰਤਨ ਵਿੱਚ ਰੱਖ ਦਿੱਤਾ ਜਾਏ, ਖੱਟਾ ਹੋਣ ਕਰਕੇ ਉਹ ਫਟ ਜਾਂਦਾ ਹੈ, ਦੁੱਧ ਖਾ ਲੈਂਦਾ ਹੈ, ਪਾਣੀ ਛੋੜ ਦਿੰਦਾ। ਇਹ ਹੰਸ ਦਾ ਸੁਭਾਅ ਹੁੰਦਾ। ਇਹ ਜੇ ਸੁਭਾਵਾਂ ਵਾਲਾ ਇੱਕ ਹੰਸਾਂ ਦਾ ਜੋੜਾ ਦੇਖਿਆ। ਆ ਕੇ ਫਿਰ ਅਰਜ਼ ਕਰ ਦਿੱਤੀ ਗਰੀਬ ਨਾਲ, ਆਦਮੀ ਕੋਈ ਨਹੀਂ ਸੀ, ਹੰਸਾਂ ਦਾ ਜੋੜਾ ਸੀ। ਗੁਰੂ ਬਾਬਾ ਜੀ ਨੇ ਕਿਹਾ, ਕੱਲ੍ਹ ਫਿਰ ਜਾਈਂ। ਜਿਹੜੇ ਸ਼ਰਧਾਵਾਨ ਹਨ ਉਹ ਆਪਣੀ ਸ਼ਰਧਾ ਦ੍ਰਿੜ ਰੱਖਦੇ। ਇਉਂ ਚੌਥੇ ਦਿਨ ਫਿਰ ਗਿਆ, ਜਾ ਕੇ ਕੀ ਵੇਖਦਾ? ਇੱਕ ਦਿਵ ਸਰੂਪ ਦੇਵਤਿਆਂ ਦਾ ਜੋੜਾ ਬੈਠਾ, ਜਿਨ੍ਹਾਂ ਨੂੰ ਪੁੱਛਦਾ ਹੈ ਸੰਤਾਂ ਦੇ ਦਰਸ਼ਨ ਦਾ, ਉਹਨਾਂ ਦੀ ਸੰਗਤ ਦਾ ਅਤੇ ਸੇਵਾ ਦਾ ਕੀ ਫਲ ਹੋਇਆ ਕਰਦਾ। ਇਹ ਸੁਣ ਕੇ ਉਹ ਕਹਿਣ ਲੱਗੇ, ਅਸੀਂ ਨਾ ਤਾਂ ਕਦੇ ਸੰਤਾਂ ਦੇ ਦਰਸ਼ਨ ਕੀਤੇ, ਨਾ ਸੇਵਾ ਕੀਤੀ, ਨਾ ਸੰਗਤ ਕੀਤੀ। ਜੋ ਦਰਸ਼ਨ ਹੀ ਨਹੀਂ ਕੀਤੇ, ਸੇਵਾ ਸੰਗਤ ਕੈਸੇ ਹੋ ਸਕਦੀ ਹੈ? ਸੋ ਤੂੰ ਸੰਤਾਂ ਦੇ ਦਰਸ਼ਨ ਵੀ ਕਰਦਾ ਹੈ, ਸੇਵਾ ਵੀ ਕਰਦਾ ਹੈ, ਸੰਗਤ ਵੀ ਕਰਦਾ। ਪਰ ਪਹਿਲੇ ਦਿਨ ਅਸੀਂ ਕਾਂ ਸਾਂ, ਤੇਰੇ ਦਰਸ਼ਨ ਕੀਤੇ, ਸਾਡੇ ਵਿੱਚ ਪਰਿਵਰਤਨ ਆਇਆ, ਚੇਂਜ ਆਇਆ, ਅਸੀਂ ਬਗਲੇ ਬਣ ਗਏ। ਦੂਜੇ ਦਿਨ ਫਿਰ ਤੇਰੇ ਬਗਲਿਆਂ ਦੇ ਜਾਮੇ ਵਿੱਚ ਦਰਸ਼ਨ ਕੀਤੇ, ਫਿਰ ਸਾਡੇ ਵਿੱਚ ਚੇਂਜ ਆਇਆ, ਤਬਾਦਲਾ ਆਇਆ, ਅਸੀਂ ਹੰਸ ਬਣ ਗਏ। ਫਿਰ ਹੰਸਾਂ ਦੇ ਜਾਮੇ ਵਿੱਚ ਤੇਰੇ ਦਰਸ਼ਨ ਕੀਤੇ, ਫਿਰ ਸਾਡੇ ਵਿੱਚ ਤਬਾਦਲਾ ਆਇਆ, ਅਸੀਂ ਹੁਣ ਦੇਵਤਾ ਬਣ ਕੇ ਬੈਕੁੰਠਾਂ ਨੂੰ ਚੱਲੇ। ਤੈਨੂੰ ਇੱਕ ਬਵਾਨ ਆ ਗਿਆ, ਉਸ ਵਿੱਚ ਦੋਵੇਂ ਬੈਠ ਗਏ, ਆਕਾਸ਼ ਨੂੰ ਉਡਾਰੀ ਮਾਰਨ ਲੱਗੇ, ਕਹਿੰਦੇ ਤੇਰੇ ਘਰ ਰੱਬ ਆਇਆ, ਉਹ ਤੋਂ ਪੁੱਛ ਲਈ। ਇੰਨੀ ਗੱਲ ਸੁਣ ਕੇ ਉਹ ਤਾਂ ਘਰ ਨੂੰ ਮੁੜਿਆ ਆਇਆ, ਅਤੇ ਉਹ ਆਕਾਸ਼ ਨੂੰ ਉਡਾਰੀ ਮਾਰ ਗਿਆ ਨੇ, ਬੈਕੁੰਠਾਂ ਨੂੰ ਚਲੇ ਗਏ। ਘਰ ਆ ਕੇ ਫਿਰ ਅਰਜ਼ ਕਰ ਦਿੱਤੀ, ਸੱਚੇ ਪਾਤਸ਼ਾਹ, ਅੱਜ ਇੱਕ ਦੇਵਤਿਆਂ ਦਾ ਜੋੜਾ ਸੀ, ਉਹਨਾਂ ਨੂੰ ਮੈਂ ਪੁੱਛਿਆ, ਦੱਸੋ ਸੰਤਾਂ ਦੇ ਦਰਸ਼ਨ, ਸੰਗਤ ਅਤੇ ਸੇਵਾ ਦਾ ਕੀ ਫਲ ਹੁੰਦਾ? ਉਹਨਾਂ ਨੇ ਕਿਹਾ, ਅਸੀਂ ਕਦੇ ਸੰਤਾਂ ਦੇ ਦਰਸ਼ਨ, ਸੰਗਤ, ਸੇਵਾ ਨਹੀਂ ਕੀਤੀ, ਪਰ ਤੇਰੇ ਦਰਸ਼ਨ ਅਸੀਂ ਕਰਦੇ ਹਾਂ। ਪਹਿਲੇ ਕਾਵਾਂ ਦੇ ਜਾਮੇ ਵਿੱਚ ਤੇਰੇ ਦਰਸ਼ਨ ਕੀਤੇ, ਸਾਡੇ ਵਿੱਚ ਪਰਿਵਰਤਨ ਆਇਆ, ਚੇਂਜ ਆਇਆ, ਤਬਾਦਲਾ ਆਇਆ, ਅਸੀਂ ਬਗਲੇ ਬਣੇ। ਫਿਰ ਬਗਲਿਆਂ ਦੇ ਜਾਮੇ ਵਿੱਚ ਤੇਰੇ ਦਰਸ਼ਨ ਕੀਤੇ, ਅਸੀਂ ਹੰਸ ਬਣੇ।
ਹੰਸਾਂ ਦੇ ਜਾਮੇ ਵਿੱਚ ਤੇਰੇ ਦਰਸ਼ਨ ਕੀਤੇ, ਹੁਣ ਦੇਵਤਾ ਬਣ ਕੇ ਬੈਕੁੰਠਾਂ ਨੂੰ ਚੱਲੇ ਹਾਂ। ਤੇਰੇ ਘਰ ਰੱਬ ਆਇਆ, ਉਹ ਤੋਂ ਪੁੱਛ ਲਈ ਮਹਾਰਾਜ ਅਜੇ ਤੱਕ ਮੇਰਾ ਸੰਸਾਰ ਦੂਰ ਨਹੀਂ ਹੋਇਆ, ਇਹ ਗੱਲ ਇਉਂ ਕਿਉਂ ਬਣਦੀ ਚਲੀ ਗਈ ਹੈ, ਆਪ ਕਿਰਪਾ ਕਰਕੇ ਦੱਸੋ। ਸੁਣਿਓ ਮੇਰੇ ਮੀਤਾ ਮੈਂ ਮਨਸਾ ਦੁਆ ਚਤੁਰਵ ਕੀਤਾ ਅੰਧਲੇ ਤਿਰਪਣ ਸੂਝਿਆ ਗੁਰ ਭੇਟ ਪੁਨੀਤਾ ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ। ਗੁਰੂ ਨਾਨਕ ਦੇਵ ਮਹਾਰਾਜ ਉਸ ਪ੍ਰੇਮੀ ਨੂੰ ਕਹਿਣ ਲੱਗੇ, ਪ੍ਰੇਮੀਆ ਦਰਅਸਲ ਤੇਰੇ ਸਵਾਲ ਦਾ ਜਵਾਬ ਹੈ, ਇਸ ਤਰੀਕੇ ਸਿਰ ਤੈਨੂੰ ਜਵਾਬ ਦਿੱਤਾ ਗਿਆ। ਪਹਿਲੇ ਪੈਰ ਜਿਸ ਵਕਤ ਇਹ ਜੀਵ ਬੁਰੀ ਸੁਸਾਇਟੀ, ਬੁਰਾ ਲਿਟਰੇਚਰ, ਬੁਰੇ ਕਰਮਾਂ ਵਿੱਚ ਲੱਗਣ ਕਰਕੇ ਕਾਮਵਤ ਹੋਇਆ ਹੁੰਦਾ ਹੈ, ਇਹਦਾ ਮਨ ਕਾਲਾ ਸਿਆਹ ਹੋਇਆ ਹੁੰਦਾ ਹੈ, ਬੁਰੇ ਕੰਮਾਂ ਦੇ ਵਿੱਚ ਇਹ ਖੱਚਤ ਹੋਇਆ ਹੁੰਦਾ ਹੈ, ਇਹਦੇ ਨੇਚੇ, ਇਹਦੇ ਖਿਆਲ, ਇਹਦੇ ਵਿਚਾਰ ਬਹੁਤ ਪਰਾਗੰਦਾ ਹੋਏ ਹੁੰਦੇ ਹਨ, ਜਿਹਨਾਂ ਦਾ ਫਲ ਇੱਥੇ ਹੀ ਇੱਕ ਕਿਸਮ ਦਾ ਦੋਜ਼ਖ ਭੁਗਤਦਾ ਹੁੰਦਾ ਹੈ। ਜਦੋਂ ਉਸਨੂੰ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋ ਜਾਵੇ, ਉਹਦੇ ਜੀਵਨ ਦੇ ਵਿੱਚ ਚੇਂਜ ਆਉਣਾ ਸ਼ੁਰੂ ਹੁੰਦਾ, ਤਬਾਦਲਾ ਆਉਣਾ ਸ਼ੁਰੂ ਹੁੰਦਾ ਹੈ, ਕਾਮਾਂ ਤੋਂ ਬਗਲਿਆਂ ਵੱਤ ਬਣ ਜਾਂਦੇ, ਇਹਨੇ ਥੋੜ੍ਹੇ ਥੋੜ੍ਹੇ ਸੁਭਾਵ ਸੁਧਰਦੇ, ਫਿਰ ਸੰਗਤ ਕਰਦਾ ਰਹਿੰਦਾ ਹੈ, ਫਿਰ ਇਹ ਹੰਸਵਤ ਹੋ ਜਾਂਦਾ ਹੈ,
ਤਾਂ ਮਿੱਥੇ ਦੇ ਵਿਵੇਚਨ ਕਰਨ ਵਾਲਾ ਹੋ ਜਾਂਦਾ। ਦੁਨੀਆ ਜੋ ਜਿਸ ਨੂੰ ਅਸੀਂ ਸੰਸਾਰ ਕਹਿੰਦੇ ਹਾਂ, ਜਗਤ ਕਹਿੰਦੇ ਹਾਂ, ਦੁਨੀਆ ਕਹਿੰਦੇ ਹਾਂ, ਇਹ ਦੋ ਹਿੱਸਿਆਂ ਦੀ ਬਣੀ ਹੋਈ ਹੈ। ਇਹਦੇ ਵਿੱਚ ਇੱਕ ਪਰਮਾਤਮਾ ਰੱਬ ਹੈ, ਦੂਜਾ ਉਸਦੀ ਮਾਇਆ ਹੈ। ਦਿਸ਼ਟਮਾਨ ਜਿਤਨਾ ਹੈ ਉਸਦੀ ਮਾਇਆ ਹੈ, ਉਹ ਇਸਦੇ ਅੰਦਰ ਬਾਹਰ ਪਰਿਪੂਰਨ ਹੈ। ਪਰ ਇਹ ਐਸਾ ਨਜ਼ਰ ਨਹੀਂ ਆਉਂਦਾ, ਐਸਾ ਪ੍ਰਤੀਤ ਨਹੀਂ ਹੁੰਦਾ ਹਰੇਕ ਨੂੰ, ਜਿਸ ਵਕਤ ਇਸਨੂੰ ਹੰਸਵਤ ਤੱਤ ਮਿੱਥਿਆ ਦੇ ਵਿਵੇਚਨ ਦੀ ਬੁੱਧ ਪ੍ਰਾਪਤ ਹੁੰਦੀ ਹੈ। ਸੱਤ ਅਸੱਤ ਨੂੰ ਨਖੇੜ ਕੇ ਸੱਤ ਤੋਂ ਅਸੱਤ ਨੂੰ ਅਲਹਿਦਾ ਕਰਨ ਦੀ ਵਿਚਾਰ ਪ੍ਰਾਪਤ ਹੋ ਜਾਂਦੀ ਹੈ। ਜਿਵੇਂ ਹੰਸ ਦੇ ਚੁੰਝ ਵਿੱਚ ਫਟਿਆਈ ਹੋਣ ਕਰਕੇ ਦੁੱਧ ਪਾਣੀ ਮਿਲਿਆ ਹੋਵੇ, ਇੱਕੋ ਜਿਹਾ ਹੀ ਪ੍ਰਤੀਤ ਹੁੰਦਾ ਹੈ। ਉਹਦੇ ਵਿੱਚ ਚੁੰਝ ਪਾਉਂਦਾ ਹੈ, ਉਹ ਫਟ ਜਾਂਦਾ ਹੈ, ਦੁੱਧ ਅੱਡ ਹੋ ਜਾਂਦਾ, ਪਾਣੀ ਅੱਡ ਹੋ ਜਾਂਦਾ, ਦੁੱਧ ਖਾ ਲੈਂਦਾ, ਪਾਣੀ ਛੋੜ ਦਿੰਦਾ ਹੈ। ਇਸੇ ਤਰ੍ਹਾਂ ਜਿਸ ਵਕਤ ਇਸਨੂੰ ਇਹ ਜੀ ਵਿਵੇਕ ਬੁੱਧ ਪ੍ਰਾਪਤ ਹੋ ਜਾਂਦੀ ਹੈ, ਸਤਸੰਗ ਕਰਦੇ ਕਰਦੇ, ਭਜਨ ਕਰਦੇ ਕਰਦੇ, ਫਿਰ ਇਹ ਹੰਸਵਤ ਹੋ ਜਾਂਦਾ ਹੈ। ਵਾਹਿਗੁਰੂ ਅੰਤਰਜਾਮੀ ਨੂੰ ਅਤੇ ਮਾਇਆ ਨੂੰ ਜੋ ਸੰਸਾਰ ਵਿੱਚ ਦੋ ਚੀਜ਼ਾਂ ਨਖੇੜਨ ਦੀ ਤਾਕਤ ਹੋ ਜਾਂਦੀ ਹੈ, ਆਪਣੀ ਬਿਰਤੀ ਵਾਹਿਗੁਰੂ ਨਾਲ ਜੋੜ ਦਿੰਦਾ ਹੈ, ਮਾਇਆ ਤੋਂ ਉਚੇਰੀ ਕਰ ਲੈਂਦਾ ਹੈ। ਫਿਰ ਇਹ ਦੇਵਤਾ ਬਣ ਜਾਂਦਾ ਹੈ ਜਿਹਦੇ ਵਿੱਚ ਦੈਵੀ ਗੁਣ ਘਟਦੇ ਹਨ। ਸਤ ਸੰਤੋਖ, ਤਿਆ ਦਇਆ, ਧਰਮ ਵਿਚਾਰ, ਸ਼ਾਂਤੀ, ਖਿਮਾ, ਧੀਰਜ, ਵਾਹਿਗੁਰੂ ਦੀ ਭਗਤੀ, ਗਿਆਨ ਆਦਿ, ਇਹੋ ਜਿਹੇ ਜਿਹਦੇ ਵਿੱਚ ਗੁਣ ਘਟਦੇ ਹਨ ਉਸਨੂੰ ਦੇਵਤਾ ਕਿਹਾ ਜਾਂਦਾ ਹੈ। ਦੇਵਤਾ ਬਣ ਕੇ ਫਿਰ ਬੈਕੁੰਠਾਂ ਦਾ ਅਧਿਕਾਰੀ ਬਣਦਾ ਹੈ। ਸੁਣਿਓ ਮੇਰੇ ਗੀਤਾਂ ਮੈਂ ਮਸਾ ਦੁਆਂ ਦੇ Thank you.
ਨਾਨਕ ਦੇਵ ਮਹਾਰਾਜ ਕਹਿੰਦੇ ਨੇ ਭਾਈ ਜਿਹੀ ਜੀ ਸੰਗਤ ਇਨਸਾਨ ਕਰਦਾ ਹੈ ਵੈਸਾ ਹੀ ਬਣ ਜਾਂਦਾ। ਚੋਰਾਂ ਦੀ ਸੋਭਤ 'ਤੇ ਚੋਰੀ ਸਿੱਖੇਗਾ, ਠੱਗਾਂ ਦੀ ਸੰਗਤ ਠੱਗੀ ਸਿਖਾਏਗੀ, ਸ਼ਰਾਬੀਆਂ ਦੀ ਸੰਗਤ 'ਤੇ ਸ਼ਰਾਬ ਪੀਣੀ ਸਿੱਖੇਗਾ, ਜੂਏਬਾਜ਼ਾਂ ਦੀ ਸੰਗਤ ਜੂਆ ਖੇਡਣਾ ਸਿਖਾਏਗੀ। ਪਰ ਇੱਕ ਸਤਸੰਗ ਹੀ ਹੈ ਜਿਹੜੀ ਇਸ ਨੂੰ ਸੱਤ ਦੀ ਸੋਝੀ ਦਿੰਦੀ ਹੈ, ਪਰਮੇਸ਼ੁਰ ਦੇ ਪਾਸੇ ਦੀ ਸੋਝੀ ਦਿੰਦੀ ਹੈ, ਜਨਮ ਦੀ ਸਫਲਤਾ ਦੀ ਸੋਝੀ ਦੇਣ ਵਾਲੀ ਸਤਸੰਗ ਹੀ ਹੈ। ਸਤਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਬਖਾਣੀਏ, ਸਤਸੰਗ ਦਾ ਸਰੂਪ ਹੈ। ਸਵਯੋਂ ਕਰਕੇ ਸਤਸੰਗ ਦੁਆਰਾ ਜੀਵ ਜਿਸਨੇ ਖੋਰ ਨਰਕਾਂ ਵਿੱਚ ਜਾਣਾ ਹੁੰਦਾ ਉਹ ਵੈਕੁੰਠਾਂ ਨੂੰ ਜਾਂਦਾ ਹੈ। ਇਹ ਬਚਨ ਸੁਣ ਕੇ ਕਿਸੇ ਪ੍ਰੇਮੀ ਨੇ ਸ਼ੰਕਾ ਪੈਦਾ ਕੀਤਾ ਵੀ ਕੋਈ ਮਿਸਾਲ ਵੀ ਮਿਲਣੀ ਚਾਹੀਦੀ ਹੈ। ਇਹੋ ਜਿਹਾ ਪੁਰਸ਼ ਜਿਸਨੇ ਘੋਰ ਨਰਕਾਂ ਵਿੱਚ ਜਾਣਾ ਸੀ ਬੈਕੁੰਠਾਂ ਨੂੰ ਗਿਆ ਹੋਵੇ, ਇਸ ਦੀ ਬਾਤ ਭਾਈ ਸਾਹਿਬ ਭਾਈ ਗੁਰਦਾਸ ਗੁਰੂ ਘਰ ਦੇ ਵੇਦ ਵਿਆਸ ਮੰਨੇ ਜਾਂਦੇ ਹਨ ਉਹ ਗਣਕਾ ਦਾ ਪ੍ਰਮਾਣ ਦੇ ਕੇ ਸਾਨੂੰ ਇਉਂ ਦੱਸ ਦੇਣ, ਗਣਕਾ ਪਾਪਣ ਹੋਏ ਕੇ ਪਾਪਾਂ ਦਾ ਗੱਲ ਹਾਰ ਪਰੋਤਾ, ਪਾਪਾਂ ਦਾ ਹਾਰ ਪਰੋਤਾ ਗਣਕਾ ਪਾਪਣ ਨੇ, ਪਾਪਾਂ ਦਾ ਹਾਰ ਪਰੋਤਾ ਗਣਕਾ ਪਾਪਣ ਨੇ, ਜਿੱਥੇ ਹਰ ਕਿਸਮ ਦੇ ਲੋਕ ਵਸਦੇ ਹਨ। ਇੱਕ ਇਹੋ ਜਿਹਾ ਮਹੱਲਾ ਵੀ ਸੀ ਜਿਸਨੂੰ ਲੋਕ ਧਰਮਪੁਰਾ ਕਰਕੇ ਕਹਿੰਦੇ ਸਨ, ਪਰ ਧਰਮ ਨਹੀਂ ਉੱਥੇ, ਨਿਰਾ ਅਧਰਮੀ ਹੀ ਹੁੰਦਾ ਸੀ। ਉੱਥੇ ਇੱਕ ਗਣਕਾ ਰਹਿੰਦੀ ਸੀ ਜਿਸ ਦਾ ਜਨਮ ਹੀ ਇਹੋ ਜਿਹੇ ਘਰਾਣੇ ਵਿੱਚ ਹੋਇਆ, ਬਚਪਨ ਤੋਂ ਹੀ ਜਿਸਦੀ ਰੁਚੀ ਜਿਸਦੀ ਪ੍ਰਵਿਰਤੀ ਪਾਪਾਂ ਗੁਨਾਹਾਂ ਵਿੱਚ ਸੀ। ਸਾਸਿੰਗ ਪਾਪ ਬੁਰਾ ਹੈ, ਪਾਪ ਦਾ ਫਲ ਵੀ ਦੁੱਖ ਹੈ। ਜਿਵੇਂ ਦੁਨਿਆਵੀ ਸਰਕਾਰਾਂ ਦੇ ਕਾਨੂੰਨ ਬਣਾਏ ਹੁੰਦੇ ਹਨ, ਇਸੀ ਤਰ੍ਹਾਂ ਈਸ਼ਵਰ ਨੇ ਸ੍ਰਿਸ਼ਟੀ ਰਚੀ ਉਸਦੇ ਵੀ ਕਾਨੂੰਨ ਬਣਾਏ ਹਨ ਜੋ ਗ੍ਰੰਥਾਂ ਸ਼ਾਸਤਰਾਂ ਦੁਆਰਾ ਜ਼ਾਹਰ ਕੀਤੇ ਹਨ। ਪਾਪ ਕਰਮਾਂ ਦਾ ਫਲ ਦੁੱਖ ਦੱਸਿਆ ਹੈ, ਪੁੰਨ ਕਰਮਾਂ ਦਾ ਫਲ ਸੁੱਖ ਦੱਸਿਆ ਹੈ। ਐਸਾ ਕਥਨ ਕੀਤਾ ਹੈ, ਪਾਪ ਬੁਰੀ ਚੀਜ਼ ਹੈ ਸਾਰੇ ਜਾਣਦੇ ਹਨ, ਪਾਪਾਂ ਦੀ ਬਾਬਤ ਤਾਂ ਬਲਕਿ ਇੱਥੇ ਤੱਕ ਗੁਰੂ ਜੀ ਨੇ ਕਿਹਾ ਨਰ ਅਚੇਤ ਪਾਪ 'ਤੇ ਡਰਦੇ। ਜਾਣ ਕੇ ਤਾਂ ਕੀ ਕਰਨਾ ਪਾਪ ਜਾਂ ਗੁਨਾਹ, ਅਚਨਚੇਤ ਹੀ ਜਿਹੜਾ ਹੋ ਜਾਂਦਾ ਉਸ 'ਤੇ ਵੀ ਡਰਨਾ ਚਾਹੀਦਾ। ਡਰਦੇ 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 ਪਾਪਾਂ 'ਤੇ ਡਰ, ਡਰਦੇ 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 ਪਾਪਾਂ 'ਤੇ ਡਰ।
ਨਰ ਅਚੇਤ ਪਾਪ ਤੇ ਡਰ ਰਹੇ ਦੀਨਾ ਨਾਥ ਅਨਾਥ ਕਰਣਾ ਮੈਂ ਸ਼ਰਨ ਤਾਹੇ ਤੁਮ ਫਰ ਰਹੇ ਹੈ ਇਨਸਾਨ ਜੇਕਰ ਤੈਨੂੰ ਦੁੱਖਾਂ ਤੋਂ ਡਰ ਲੱਗਦਾ ਹੈ ਦੁੱਖਾਂ ਤੋਂ ਡਰਦਾ ਹੈ ਤਾਂ ਜਿਨ੍ਹਾਂ ਕਰਮਾਂ ਦਾ ਫਲ ਦੁੱਖ ਹੈ ਉਹ ਕਰਮ ਛੋੜ ਦੇ ਪਾਪ ਕਰਮਾਂ ਦਾ ਫਲ ਦੁੱਖ ਹੈ ਤਾਂ ਇਹਨਾਂ ਨੂੰ ਛੋੜ ਦੇ ਫਿਰ ਤੈਨੂੰ ਦੁੱਖ ਨਹੀਂ ਲੱਗੇਗਾ ਕਿਉਂਕਿ ਪਾਪ ਕਰਮ ਕਰਨ ਵਾਲਾ ਹੀ ਦੋਜ਼ਖ ਦੀ ਅੱਗ ਵਿੱਚ ਸੜਿਆ ਕਰਦਾ ਹੈ ਇਸ ਕਰਕੇ ਇਹ ਛੋੜ ਦੇ ਪਰ ਪਾਪ ਬੁਰਾ ਪਾਪੀ ਕੋ ਪਿਆਰਾ ਹੈ ਤਾਂ ਪਾਪ ਬੁਰਾ ਪਾਪੀ ਨੂੰ ਪਿਆਰਾ ਲੱਗਦਾ ਹੈ ਇਹ ਵੀ ਸਾਰੇ ਦੇਖਦੇ ਹਨ ਪਾਪੀ ਕੋ ਪਿਆਰਾ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਬੁਰਾ ਪਾਪੀ ਕੋ ਪਿਆਰਾ ਹੈ ਤਾਂ ਪਾਪ ਬੁਰਾ ਸਾਰੇ ਹੀ ਜਾਣਦੇ ਹਨ ਪਾਪ ਕਰਨ ਵਾਲਾ ਵੀ ਜਾਣਦਾ ਹੈ ਅੰਦਰੋਂ ਉਹਦਾ ਮਨ ਵੀ ਜਾਣਦਾ ਹੈ ਪਰ ਪਾਪੀ ਨੂੰ ਪਿਆਰਾ ਲੱਗਦਾ ਕਿਉਂ ਪਿਆਰਾ ਲੱਗਦਾ ਹੈ ਉਹਦਾ ਸੁਭਾਅ ਬਣ ਚੁੱਕਿਆ ਬੁਰੀ ਸੁਸਾਇਟੀ ਕਰਕੇ ਉਹਦਾ ਸੁਭਾਅ ਪੱਕ ਚੁੱਕਿਆ ਭਲਾ ਦੇਖੋ ਜਦੋਂ ਬੱਚਾ ਨਿਆਣਾ ਹੁੰਦਾ ਹੈ ਉਹਦੇ ਵਿੱਚ ਕੋਈ ਵੀ ਸੁਭਾਅ ਐਸਾ ਨਹੀਂ ਹੁੰਦਾ ਹੌਲੀ ਹੌਲੀ ਜਿਹੋ ਜਿਹੀ ਸੁਸਾਇਟੀ ਦੇ ਵਿੱਚ ਮੂਵ ਕਰਦਾ ਹੈ ਜਿਹੋ ਜਿਹੀ ਸੰਗਤ ਵਿੱਚ ਵਿਚਰਦਾ ਹੈ ਉਹੋ ਜਿਹੇ ਦਾ ਸੁਭਾਅ ਬਣਦਾ ਚਲਾ ਜਾਂਦਾ ਕਬੀਰ ਮਨ ਪੰਖੀ ਪਿਆ ਉੜ ਉੜ ਦਹਿ ਦਿਸ ਜਾਏ ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਖਾ ਜਿਹੋ ਜਿਹੀ ਸੰਗਤ ਕਰਦਾ ਹਜਾ ਬਣ ਜਾਂਦਾ ਹੈ ਅਗਰ ਬੁਰੀ ਸੰਗਤ ਕਰਦਾ ਬੁਰਾ ਬਣ ਜਾਂਦਾ ਚੰਗੀ ਸੰਗਤ ਕਰਦਾ ਚੰਗਾ ਬਣ ਜਾਂਦਾ ਬੁਰਾ ਯਾਨੀ
ਚੰਗਾ ਆਦਮੀ ਅਗਰ ਬੁਰੀ ਸੰਗਤ ਕਰਨ ਲੱਗ ਜਾਵੇ ਉਹ ਵੀ ਬੁਰਾ ਹੋ ਜਾਂਦਾ ਹੈ, ਅਗਰ ਬੁਰਾ ਆਦਮੀ ਚੰਗੀ ਸੰਗਤ ਕਰਨ ਲੱਗ ਜਾਵੇ ਉਹ ਵੀ ਚੰਗਾ ਬਣ ਜਾਇਆ ਕਰਦਾ ਹੈ। ਸੁਸਾਇਟੀ ਦਾ ਭਾਵੇਂ 10 ਗੱਲਾਂ ਦਾ ਇਸ 'ਤੇ ਅਸਰ ਹੈ, ਪਰ ਜ਼ਿਆਦਾਤਰ ਸੁਸਾਇਟੀ ਦਾ ਹੀ, ਸੰਗਤ ਦਾ ਹੀ ਅਸਰ ਹੈ, ਸੰਗਤ ਦਾ ਔਰ ਲਿਟਰੇਚਰ ਦਾ। ਸਵਯੋਂ ਇਸ ਤਰੀਕੇ ਸਿਰ ਗਣਕਾ ਨੇ ਇਤਨੇ ਪਾਪ ਕੀਤੇ ਜਿਹਨਾਂ ਹਿਸਾਬ ਕੋਈ ਨਹੀਂ, ਗਣਕਾ ਪਾਪਣ ਹੋਏ ਕੇ ਪਾਪਾਂ ਦਾ ਗੱਲ ਹਾਰ ਪਰੋਤਾ, ਇੰਨੇ ਪਾਪ ਕੀਤੇ ਮਨ ਨੂੰ ਪਾਪਾਂ ਦਾ ਗੱਲ ਵਿੱਚ ਹਾਰ ਹੀ ਪਰੋ ਲਿਆ, ਜੀਵਨੀ ਉਹਦਾ ਪਾਪਮਈ ਬਣ ਗਿਆ ਸੀ। ਪਰ ਗੱਲ ਇੰਨੀ ਜ਼ਰੂਰ ਸੀ ਉਹਦੇ ਚਿੱਤ ਵਿੱਚ ਇਹ ਖਿਆਲ ਆ ਕੇ ਮਨਾ, ਮਨੁੱਖਾ ਸਰੀਰ ਵਾਹਿਗੁਰੂ ਨੇ ਭਜਨ ਵਾਸਤੇ ਦਿੱਤਾ ਹੈ, ਨੇਕੀ ਭਲਾਈ ਵਾਸਤੇ ਦਿੱਤਾ ਹੈ, ਪਰ ਤੇਰਾ ਜੀਵਨ ਤਾਂ ਇਹੋ ਜਿਹਾ ਹੈ, ਤੈਨੂੰ ਨਰਕਾਂ ਨੇ ਵੀ ਨਹੀਂ ਚੱਲਣਾ। ਸੋ ਇਸ ਵਾਸਤੇ ਤੇਰੇ ਵਾਸਤੇ ਇਹ ਜੀਵਨ ਬਦਲਣਾ ਚਾਹੀਦਾ, ਇਹੋ ਜਿਹੇ ਖਿਆਲ ਆ ਕੇ ਉਹਦੇ ਚਿੱਤ ਨੂੰ ਬੇਬਲ ਕਰਦੇ ਸਨ। ਪਰ ਹਾਲਤ ਲੰਗੜੇ ਗਧੇ ਵਰਗੀ, ਲੰਗੜਾ ਗਧਾ ਜਿਲਣ ਵਿੱਚ ਫਸਿਆ, ਟੰਗਾ ਮਾਰਦਾ ਨਿਕਲ ਨਹੀਂ ਸਕਦਾ, ਹੋਰ ਧਸੀ ਜਾਂਦਾ ਹੈ। ਗਿੱਲਣ ਦਾ ਸੁਭਾਵ ਹੈ, ਜਿੰਨੀ ਦੇਰ ਤੱਕ ਦੂਸਰਾ ਫੜਕੇ ਖਿੱਚ ਕੇ ਨਾ ਕੱਢੇ ਉੱਥੋਂ ਨਿਕਲਿਆ ਨਹੀਂ ਜਾਂਦਾ ਹੁੰਦਾ। ਇਸੀ ਤਰ੍ਹਾਂ ਇਹਦੀ ਹਾਲਤ ਹੈ, ਡਰ ਜ਼ਰੂਰ ਲੱਗਦਾ ਹੈ ਅੱਗੇ ਦੋਸਖਾਂ ਤੋਂ ਨੱਕਾਂ ਤੋਂ, ਪਰ ਪੇਸ਼ ਕੋਈ ਨਹੀਂ ਜਾਂਦੀ। ਭਲਾ ਸਾਧ ਇਹ ਕਿਉਂ ਪ੍ਰਤੀਤ ਹੁੰਦਾ ਹੈ? ਉਸਦਾ ਪਿਛਲੇ ਜਨਮ ਦਾ ਕੋਈ ਭਗਤੀ ਦਾ ਬੀਜ ਉਹਦੇ ਹਿਰਦੇ ਰੂਪੀ ਜ਼ਮੀਨ ਵਿੱਚ ਪਿਆ ਹੋਇਆ ਉੱਗਣ ਦੀ ਕੋਸ਼ਿਸ਼ ਕਰਦਾ ਹੈ। ਹਰ ਇਨਸਾਨ ਦੇ ਇਹ ਸਾਡੇ ਸਰੀਰ ਕੁਛ ਨਹੀਂ ਦਰਸ, ਪਿਛਲੇ ਕਰਮਾਂ ਨੇ ਸ਼ਕਲਾਂ ਧਾਰੀਆਂ ਹੋਈਆਂ। ਸੁਨੰਦੀਨ ਜਿਹੜੇ ਇਹ ਵੀ ਪਿਛਲੇ ਕਰਮਾਂ ਨੇ ਸ਼ਕਲਾਂ ਧਾਰੀਆਂ ਹਨ। ਸੋ ਇਹ ਇਸਨੂੰ ਵੈਸੇ ਪ੍ਰਤੀਤ ਨਹੀਂ ਹੁੰਦਾ, ਦਰਅਸਲ ਗੱਲ ਇਹੀ ਜਿਹੀ ਹੈ। ਇਉਂ ਕਰਕੇ ਸੋ ਇਹਦੇ ਹਿਰਦੇ ਰੂਪੀ ਜ਼ਮੀਨ ਵਿੱਚ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ ਉੱਗਣ ਦੀ ਕੋਸ਼ਿਸ਼ ਕਰਦਾ ਸੀ। ਜਿਵੇਂ ਕਿਸੇ ਜ਼ਮੀਨ ਵਿੱਚ ਪਿਆ ਹੋਇਆ ਕਿਸੇ ਜੜੀ ਬੂਟੀ ਦਾ ਬੀਜ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ ਹੈ, ਕਿਉਂਕਿ ਜ਼ਮੀਨ ਬੀਜ ਨੂੰ ਆਪਣੇ ਵਿੱਚ ਨਹੀਂ ਰੱਖਿਆ ਕਰਦੀ। ਉੱਗਦਾ ਕਦ ਹੈ? ਜਿਸ ਵਕਤ ਮੌਸਮ ਆ ਜਾਵੇ ਔਰ ਬਾਰਿਸ਼ ਪੈ ਜਾਏ ਜਾਂ ਪਾਣੀ ਕਿਸੇ ਤਰੀਕੇ ਸਿਰ ਆ ਜਾਵੇ। ਇਸੀ ਤਰ੍ਹਾਂ ਜਿਸ ਦੇ ਹਿਰਦੇ ਰੂਪੀ ਜ਼ਮੀਨ ਦੇ ਵਿੱਚ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ ਹੁੰਦਾ ਹੈ ਉਹ ਵੀ ਉੱਗਦਾ ਹੈ, ਉੱਗਣ ਦੀ ਕੋਸ਼ਿਸ਼ ਕਰਦਾ। ਇਹੋ ਜਿਹੇ ਖਿਆਲਾਂ ਤੋਂ ਉਹਦੇ ਚਿੱਤ ਵਿੱਚ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਪਰ ਉੱਗਦਾ ਕਦ ਹੈ? ਜਦੋਂ ਮੌਸਮ ਆ ਜਾਵੇ, ਉਹ ਸਮਾਂ ਆ ਜਾਏ ਔਰ ਸਤਸੰਗ ਰੂਪੀ ਵਰਖਾ ਹੋ ਜਾਵੇ, ਸਤਿਪੁਰਸ਼ਾਂ ਦੀ ਸੋਭਤ ਮਿਲ ਜਾਏ, ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ। ਕਿਉਂ? ਜਦੋਂ ਉਹ ਸਮਾਂ ਆ ਜਾਏ ਫਿਰ ਉਹ ਬੀਜ ਉੱਗਿਆ ਕਰਦਾ ਹੈ। ਵੈਸੇ ਪਿਆ ਹਿਰਦੇ ਰੂਪੀ ਜ਼ਮੀਨ ਵਿੱਚ ਹੀ ਹੁੰਦਾ ਹੈ। ਇਸੀ ਤਰ੍ਹਾਂ ਜਿਵੇਂ ਸਦਨੇ ਦੀ ਬਾਬਤ, ਸਦਨਾ ਇੱਕ ਕਿਸਾਈਆਂ ਦਾ ਲੜਕਾ ਸੀ। ਕਿਸਾਈਆਂ ਦੇ ਕੀ ਕੰਮ ਹੁੰਦੇ ਹਨ? ਬੱਕਰੇ ਵੱਢਣੇ, ਮਾਸ ਵੇਚਣਾ, ਕਿਹਾ ਜੇ ਨਿਸ਼ਿਧ ਕਰਮ ਹੈ। ਹਾਂ, ਬਚਪਨ ਤੋਂ ਜਦੋਂ ਥੋੜ੍ਹਾ ਜਿਹਾ ਵੱਡਾ ਹੋਇਆ ਉਸਦਾ ਪਿਤਾ ਉਸਨੂੰ ਦੁਕਾਨ 'ਤੇ ਬਿਠਾਉਣ ਲੱਗ ਪਿਆ, ਪਰ ਉਸਦੇ ਚਿੱਤ ਵਿੱਚ ਘਿਰਣਾ ਸੀ, ਉਹ ਇਸ ਕੰਮ ਨੂੰ ਪਸੰਦ ਨਹੀਂ ਸੀ ਕਰਦਾ। ਕਿਉਂ ਨਹੀਂ ਸੀ ਕਰਦਾ? ਉਹਦੇ ਚਿੱਤ ਵਿੱਚ ਪਿਛਲੇ ਜਨਮ ਦਾ ਭਗਤੀ ਦਾ ਬੀਜ ਪਿਆ ਇਸ ਵਸਤੂ ਤੋਂ ਉਸਨੂੰ ਘਿਰਣਾ ਦਿਲਾ ਰਿਹਾ ਸੀ। ਹਾਂ, ਜੇ ਕਿਤੇ ਕਿਤਾਈ ਉਹਦੇ ਕੰਨ ਵਿੱਚ ਪਰਮੇਸ਼ੁਰ ਦੇ ਨਾਮ ਦੀ ਧੁਨੀ ਪੈ ਜਾਂਦੀ, ਉਹ ਵਜਦ ਵਿੱਚ ਮਸਤੀ ਵਿੱਚ ਨੱਚ ਉੱਠਿਆ ਕਰਦਾ ਸੀ। ਇਹ ਵੀ ਇਹੀ ਗੱਲ ਦੱਸ ਰਹੀ ਹੈ ਵੀ ਪਿਛਲੇ ਜਨਮ ਦਾ ਉਹਦੇ ਚਿੱਤ ਵਿੱਚ ਭਗਤੀ ਦਾ ਬੀਜ ਪਿਆ ਹੋਇਆ, ਬੁਰਾਈ ਤੋਂ ਘਿਰਣਾ ਹੋ ਰਹੀ ਹੈ ਉਸਨੂੰ ਔਰ ਚੰਗੇ ਪਾਸੇ ਨੂੰ ਚਾਹ ਰਿਹਾ ਹੈ, ਉਹ ਉੱਗਣ ਦੀ ਕੋਸ਼ਿਸ਼ ਕਰਦਾ ਹੈ। ਇੱਕ ਦਫ਼ਾ ਦਾ ਜ਼ਿਕਰ, ਸਦਨ ਸਿਰ 'ਤੇ ਮਾਂਸ ਦਾ ਟੋਕਰਾ ਲਈ ਜਾਂਦਾ, ਦੂਰੋਂ ਫਸਲਾਂ ਦੇ ਉੱਪਰ ਦੀ ਲਹਿਰਾਂ ਦੀ ਹੈ ਇੱਕ ਪਰਮੇਸ਼ੁਰ ਦੇ ਭਜਨ ਦੀ ਧੁਨੀ ਉਹਦੇ ਕੰਨ ਵਿੱਚ ਇਉਂ ਪੈਂਦੀ ਹੈ। ਸਿਮਰਨ ਭਜਨ ਦਿਆ ਨਹੀਂ ਕੀ ਨੀਤਾ ਮੁਖ ਚੁੱਟਣ ਖਾਵੇ, ਸਿਮਰਨ ਭਜਨ ਦਿਆ ਨਹੀਂ ਕੀ ਨੀਤਾ ਮੁਖ ਚੁੱਟਣ ਖਾਵੇ।
राम सिमर पछताएगा मन, पापी जियरा लोभ करता है, आज काल उठ जाएगा, लाल जलग के जन्म गवाया, माया परम भुलाएगा, धन जोग उनका गर्व न की जाए, कागद ज्यों गल जाएगा, जो जम आए केस गए पटके, तान दिन कछ न बसाएगा, सिमरन भजन दया नहीं कीनी, तामुख चोटा खाएगा। सिमरन परमेश्वर दे नाम दा, भजन हरि कीर्तन करन, दया दुखियां ते दया करनी, अपने बित अनुसार दुखी पुरुष की मदद करनी, ये तीन गल्लां सिमरन भजन दया दुनिया दे विच श्रेष्ठ हन। तिन्ना विचों कुछ भी नहीं कीता तां जमा दियां गुरजां खानियां पैणगियां। कबीर जमका ठेंगा बुरा है, ओ नहीं सहया जाए, एक जो साधु मोह मिलियो तुन लियो अंचल लाए। कबीर जी कहते हैं जमदा हंटर बड़ा करड़ा, जमा दे पास एक हंटर हुंदा है जिहदी चार उंगल दी हत्थी हुंदी है, जदों ऐ जीव नूं स्थूल शरीर चों कढ के सूक्ष्म शरीर दे शहद पर लोक नूं लजांदे हन, उहनां हंटरां नाल कुटदे लजांदे, एक लगता है इतनी सट वजदी बेहोश हो जाता, जो फिर होश आउंदी फिर एक मार देंदे, इउं कुटदे कुटदे मारदे, एक साल का रस्ता है पापियां दा परलोक दा, मारदे कुटदे जांदे हन। कबीर जी कहिंदे जमका ठेंगा बुरा है, वह नहीं सह आ जा, उहदी इतनी सट है, उहदी सट चल नहीं हुंदी, हुण ते तो कंडा नहीं चल हुंदा, पहला उहनां वास्ते भी तैयारी कर, कुछ जे नहीं तैयारी की फिर जमा दे अंटर तो खानी पैनी। फिर अगे दस दिन उपा की है उस तो बचण का, अपनी अवस्था कबीर जी जाहर करते हैं, एक जो साधु मुँह मिलियो तिन लियो अंचल लाए, अपने गुरु रामानंद वाल इशारा करते हैं, कह लगे जदों मैं उन्होंने शरण डिगया उन्होंने मैनू परमेश्वर की भगती विच लगा दिता, जदों परमेश्वर की भगती कर लग गया बुराई तो दूर हो गया, वो दूर रही वो जम ते पाट, वो रस्ता ही दूर रह गया, पापियों का रस्ता हो रहा, भजन करने वाले का रस्ता हो रहा है। इं इस तरीके सिर जदों ये शब्द कन्न द्वारा होके सदने दे हिरदे विच पहुंचिया, सासन इतनी सट वजी जिस करके बेहोश होके गिर पैंदा, सिर तो मांस का टोकरा गिर जाता है, लोथड़े खिलर जाते हैं मांस के, कां कुत्ते इलां आ चिंबड़दियां हन, रस्ता सी लोगों का मेला लग गया, हाँ कोई कुछ कहता है कोई कुछ कहता है अपने अपने ख्याल अनुसार, पर वो काफ़ी देर तक बेहोशी विच पिया रहा, जदों थोड़ी जी होश आई फिर यही आवाज़ करना विच यूं गूंजदी सुनती है, सिमरन भजन दया नहीं की नीता
ਇਹ ਆਵਾਜ਼ ਸਦਨੇ ਦੇ ਕੰਨ ਵਿੱਚ ਪੈਂਦੀ ਹੈ ਅਤੇ ਦਿਲ 'ਤੇ ਸੱਟ ਵੱਜਦੀ ਹੈ। ਕਿਉਂ? ਗੁਰਬਾਣੀ ਬਾਣ ਹੈ। ਬਾਣ ਕੱਸ ਕੇ ਕੋਈ ਮਾਰੇ ਜੇ ਤਾਂ ਅੱਗੇ ਕਰੜਾ ਥਾਂ ਪੱਥਰ ਹੈ, ਲੱਗਦਾ ਹੈ ਪਿੱਛੇ ਮੁੜਿਆਉਂਦਾ। ਜੇ ਪੋਲਾ ਥਾਂ ਹੈ ਬਾਣ ਛੇਕ ਕਰ ਜਾਂਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਦੇ ਹਿਰਦੇ ਪਿਛਲੇ ਇਹ ਜਨਮ ਦੇ ਪਾਪਾਂ ਕਰਕੇ ਕਰੜੇ ਹੋਏ ਹੋਏ ਨੇ ਪੱਥਰਵਤ, ਬਾਣੀ ਰੂਪੀ ਬਾਣ ਲੱਗਦਾ ਤਾਂ ਹੈ ਪਰ ਲੱਗ ਕੇ ਪਿੱਛੇ ਮੁੜਿਆਉਂਦਾ। ਜਿਨ੍ਹਾਂ ਦੇ ਹਿਰਦੇ ਨਰਮ ਹਨ ਉਹਨਾਂ ਦੇ ਹਿਰਦਿਆਂ ਵਿੱਚ ਇਹ ਬਾਣ ਜਿਹੜਾ ਹੈ ਛੇਕ ਕਰ ਜਾਂਦਾ ਹੈ, ਜਿਸ ਛੇਕ ਦੁਆਰਾ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ। ਤਦੇ ਕਬੀਰ ਜੀ ਨੇ ਕਥਨ ਕੀਤਾ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਮਿਲ ਗਿਆ, ਪਰਾ ਕਰੇ ਜੇ ਛੇਕ। ਕਬੀਰ ਗੂੰਗਾ ਹੋਇਆ ਬਾਵਰਾ, ਬਹਿਰਾ ਹੋਇਆ ਕਾਨ, ਪਾਵਨ ਅਤੇ ਪਿੰਗਲ ਪਿਆ ਮਾਰਿਆ ਸਤਿਗੁਰ ਬਾਣ। ਗੁਰਬਾਣੀ ਪਾਪੜਿਆਂ ਪਛਾੜ, ਪਾਪੜਿਆਂ ਪਛਾੜ ਬਾਣ ਸਚਾਵਾਂ ਸਿੰਨ ਕੇ, ਗੁਰਮੰਤਰ ਦਾ ਚਿਤਾਰ ਨਾਨਕ ਦੁੱਖ ਨਾ ਥੀ ਵਹੀ। ਗੁਰਬਾਣੀ ਬਾਣ ਹੈ ਪਰ ਕਰੜੇ ਹਿਰਦੇ ਵਿੱਚ ਲੱਗ ਕੇ ਪਿੱਛੇ ਮੁੜਿਆਉਂਦਾ ਹੈ, ਨਰਮ ਹਿਰਦਿਆਂ ਵਿੱਚ ਛੇਕ ਕਰ ਜਾਂਦਾ ਹੈ। ਗੁਰਾ ਮੇਰੇ ਜੀ ਬਾਣ ਮਾਰਿਆ, ਸਦਨੇ ਇੱਕ ਕਸਾਈ ਦਾ ਮੁੰਡਾ ਮਾਸ ਵੇਚਣ ਵਾਲਾ, ਉਹਦੇ ਇੱਕ ਬਚਨ ਨੇ ਇੱਕ ਸ਼ਬਦ ਨੇ ਇਤਨਾ ਗਹਿਰਾ ਅਸਰ ਕਿਉਂ ਕੀਤਾ? ਸਾਧ ਸਿੰਘ ਉਹਦੇ ਹਿਰਦੇ ਦੇ ਵਿੱਚ ਪਿਛਲੇ ਜਨਮ ਦਾ ਭਗਤੀ ਰੂਪੀ ਬੀਜ ਪਿਆ ਹੋਇਆ ਸੀ, ਉਹ ਉੱਗਣ ਦੀ ਕੋਸ਼ਿਸ਼ ਕਰਦਾ ਸੀ, ਜਿਸ ਕਰਕੇ ਕਰਨ ਦੁਆਰਾ ਹੋ ਕੇ ਇਹ ਸ਼ਬਦ ਉਹਦੇ ਹਿਰਦੇ ਵਿੱਚ ਪਹੁੰਚਿਆ, ਉੱਥੇ ਛੇਕ ਕਰ ਗਿਆ, ਇਤਨੀ ਸੱਟ ਵੱਜੀ ਬੇਹੋਸ਼ ਹੋ ਕੇ ਗਿਰ ਪਿਆ। ਅਖੀਰ ਕੁਛ ਦੇਰ ਤੋਂ ਬਾਅਦ ਉਹ ਖਾਲੀ ਟੋਕਰਾ ਲੈ ਕੇ ਤੁਰ ਜਾਂਦਾ ਹੈ। ਇਹ ਸੀ ਪਿਛਲੇ ਜਨਮ ਦਾ ਹਿਰਦੇ ਰੂਪੀ ਜ਼ਮੀਨ ਵਿੱਚ ਪਰਮੇਸ਼ੁਰ ਦੇ ਨਾਮ ਦਾ ਬੀਜ ਰੂਪੀ ਇਹਨੇ ਅੰਕੁਰ ਪਿਆ ਹੋਇਆ। ਸੋ ਇਸੀ ਤਰ੍ਹਾਂ ਹੀ ਉਹ ਸਮਾਂ ਪਾ ਕੇ ਉੱਗਿਆ, ਉਹੀ ਸਦਨਾ, ਹਾਲਾਂਕਿ ਕਸਾਈਆਂ ਦੇ ਘਰ ਜਨ ਲੇਕਿਨ ਉਹੀ ਭਗਤ ਬਣਿਆ। ਸਾਧ ਸਿੰਘ ਇੱਕ ਦਿਨ ਦਾ ਜ਼ਿਕਰ, ਦੁਕਾਨ 'ਤੇ ਉਹਦੇ ਬਾਪ ਨੇ ਬਿਠਾਉਣ ਲਾ ਤਾ, ਮਾਸ ਵੇਚਦਾ ਹੈ, ਗਾਹਕ ਆਉਂਦੇ ਹਨ। ਇੱਕ ਦਿਨ ਗਰਮੀ ਦਾ ਮੌਸਮ, ਇੱਕ ਗਾਹਕ ਆਇਆ, ਕੁਝ ਦੇਰ ਹੋਏ ਤਾਂ ਉਹਦਾ ਸਾਰਾ ਮਾਸ ਵਿਕ ਚੁੱਕਿਆ ਸੀ। ਗਾਹਕ ਆ ਕੇ ਕਹਿੰਦਾ, ਸਦਨਿਆਂ ਲਿਆਵੇ ਮੇਰਾ ਪਾਪਕ ਕਾ ਮਾਸ।
ਸਦਨਾ ਕਹਿੰਦਾ ਲਿਖ ਚੁੱਕਿਆ ਭਾਈ ਅੱਜ ਤਾਂ ਤੁਸੀਂ ਸਬਜ਼ੀ ਭਾਜੀ ਨਾਲ ਰੋਟੀ ਖਾ ਲਓ। ਨਹੀਂ ਕਹਿੰਦਾ ਜਾਂ ਤਾਂ ਮੇਰਾ ਰੋਜ਼ ਦਾ ਮਾਸ, ਨਹੀਂ ਮੈਂ ਹੋਰ ਦੇ ਨਾਲ ਆਪਣੀ ਗਾਹਕੀ ਪੈਦਾ ਕਰਦਾ। ਦੁਕਾਨਦਾਰ ਨੂੰ ਇਹ ਗੱਲ ਬਹੁਤ ਬੁਰੀ ਪਾਸਿਆ ਕਰਦੀ। ਮੈਂ ਸੋਚਿਆ ਮੇਰੀ ਗਾਹਕੀ ਛੱਡ ਕੇ ਹੋਰ ਦਾ ਗਾਹਕ ਬਣਦਾ ਹੈ, ਇਹ ਤਾਂ ਚੰਗੀ ਗੱਲ ਨਹੀਂ। ਮਾਸ ਹੈ ਨਹੀਂ, ਜੇ ਨਹੀਂ ਦਿੰਦਾ ਤਾਂ ਇਹ ਗਾਹਕੀ ਟੁੱਟਦੀ ਹੈ। ਅਖੀਰ ਉਸਨੇ ਸੋਚਿਆ ਚਲੋ, ਅੰਦਰ ਬਾਗਲੇ ਵਿੱਚ ਬਹੁਤ ਸਾਰੇ ਬੱਕਰੇ ਬੰਨੇ ਖੜ੍ਹੇ ਸਨ, ਉਹਨਾਂ ਵਿੱਚੋਂ ਰੋਜ਼ ਇੱਕ ਅੱਧੇ ਬੱਕਰੇ ਨੂੰ ਜ਼ਿਬਾ ਕਰਦੇ ਹੁੰਦੇ ਸਨ। ਉਹਨੇ ਸੋਚਿਆ ਚਲੋ ਪਾਪ ਕਾ ਮਾਸ ਹੈ, ਬੱਕਰੇ ਨੂੰ ਜਾਨੋ ਨਹੀਂ ਮਾਰਾਂਗੇ, ਜਾਨੋ ਮਾਰਦੇ ਤਾਂ ਰਾਤ ਨੂੰ ਪੁੱਛ ਜਾਏਗਾ ਮਾਸ, ਨੁਕਸਾਨ ਹੋਏਗਾ, ਇੱਕ ਪਾਪ ਕਾ ਮਾਸ ਹੈ ਤੋ ਕੱਟ ਕੇ ਦੇ ਦਿੰਦੇ ਹਾਂ, ਗੱਲ ਕੀ ਹੈ। ਦੁਕਾਨਦਾਰ ਨੂੰ ਗਾਹਕੀ ਟੁੱਟਦੀ ਚੰਗੀ ਨਹੀਂ ਲੱਗਿਆ ਕਰਦੀ, ਆਪਣਾ ਗਾਹਕ ਬਣਿਆ ਰਹੇਗਾ। ਉਹਨੂੰ ਕਹਿਣਗਾ ਅੱਛਾ ਮੈਂ ਠਹਿਰ ਲਿਆਉਣਾ। ਗਿਆ ਅੰਦਰ ਜਾ ਕੇ, ਜਦੋਂ ਬੱਕਰੇ ਦੇ ਪਾਸ ਛੁਰੀ ਲੈ ਕੇ ਪਹੁੰਚਿਆ, ਬੱਕਰਾ ਬੜਾ ਹੱਸਿਆ, ਹੈਰਾਨ ਹੋ ਗਿਆ, ਪੁੱਛਣਗੇ ਤੂੰ ਦੇਵ ਹੈ, ਦੈਤ ਹੈ, ਭੂਤ ਹੈ, ਪ੍ਰੇਤ ਹੈ, ਕੀ ਚੀਜ਼ ਹੈ, ਕਿਉਂ ਹੱਸਦਾ ਹੈ, ਮੇਰੇ ਹੱਥੀਂ ਅਨੇਕਾਂ ਬੱਕਰੇ ਮਰੇ, ਗੱਲ ਕੀ ਹੈ। ਅੱਗੋਂ ਬੱਕਰਾ ਕਹਿੰਦਾ ਕੁਛ ਨਹੀਂ, ਹਾਂ ਬੱਕਰਾ ਮੈਂ ਦੇਵ ਨਹੀਂ, ਦੈਤ ਨਹੀਂ, ਭੂਤ ਨਹੀਂ, ਪ੍ਰੇਤ ਨਹੀਂ, ਕੁਛ ਨਹੀਂ ਬੱਕਰਾ। ਅਤੇ ਹੱਸਿਆ ਕਿਉਂ? ਕਹਿਣ ਲੱਗੇ ਹੱਸਿਆ ਤਾਂ ਮੈਂ ਤਾਂ ਹਾਂ, ਕਈ ਜਨਮ ਦਾ ਤੇਰਾ ਅਤੇ ਮੇਰਾ ਸਿਰ ਦਾ ਵੱਟਾ ਚੱਲਿਆ ਆਇਆ ਹੈ। ਤੂੰ ਬੱਕਰਾ ਬਣਿਆ, ਮੈਂ ਆਦਮੀ ਬਣ ਕੇ ਤੇਰਾ ਸਿਰ ਵੱਢਿਆ, ਮੈਂ ਬੱਕਰਾ ਬਣਿਆ ਤੈਂ ਵੱਢਿਆ, ਇਉਂ ਚੱਲਿਆ ਆਇਆ ਹੈ। ਪਰ ਬਈ ਸਦਰਿਆਂ ਹੁਣ ਤਾਂ ਨਵੀਂ ਭਾਜੀ ਪਾਉਣ ਲੱਗਿਆ, ਮੈਂ ਤਾਂ ਔਖਾ ਸੌਖਾ ਰਾਤ ਕੱਟ ਲੂੰਗਾ, ਜਦੋਂ ਤੈਨੂੰ ਵੀ ਇਹੋ ਜਿਹਾ ਬਦਲਾ ਦੇਣਾ ਪਿਆ ਤੂੰ ਸੋਚ ਲੈ ਜ਼ਰਾ, ਤੇਰੇ ਨਾਲ ਵੀ ਇਹੋ ਜਿਹੀ ਬੀਤਣੀ ਹੈ। ਇਹ ਤਾਂ ਜੈਸੀ ਕਰਨੀ ਵੈਸੀ ਭਰਨੀ, ਇਸ਼ਰੀ ਕਾਨੂੰਨ ਨੂੰ ਕੋਈ ਮੇਟ ਨਹੀਂ ਸਕਦਾ। ਜਦੋਂ ਇੰਨੀ ਗੱਲ ਸੁਣੀ ਸਦਨੇ ਨੇ ਛੁਰੀ ਉਹ ਮਾਰੀ ਉਸ ਚਲਾ ਕੇ, ਕੰਨ ਲਾ ਲਏ ਹੱਥ, ਅੱਜ ਤੋਂ ਮੈਂ ਕਦੇ ਨਹੀਂ ਇਹ ਕੰਮ ਕਰਾਂਗਾ, ਬਸ ਮੈਂ ਹੁਣ ਸਾਰੀ ਜ਼ਿੰਦਗੀ ਪ੍ਰਭੂ ਦੀ ਭਗਤੀ ਵਿੱਚ ਲਗਾਵਾਂਗਾ। ਆ ਕੇ ਸਾਧਸੰਗ ਗਾਹਕ ਨੂੰ ਕਹਿਣਗੇ ਜਾ ਤੇਰੀ ਖੁਸ਼ੀ ਹੈ, ਕਿਸੇ ਨਾਲ ਪੈਦਾ ਕਰ ਗਾਹਕੀ ਨਾ ਕਰ, ਬਸ ਮੇਰੇ ਉੱਤੇ, ਮੇਰਾ ਤਾਂ ਅੱਜ ਆਖਰੀ ਦਿਨ ਹੈ ਇਹ ਦੁਕਾਨ 'ਤੇ ਬੈਠਣਾ। ਸਾਧਸੰਗ ਉਸ ਦਿਨ ਤੋਂ ਉਸਨੇ ਫਕੀਰਾਂ ਦੀ ਸੋਭਤ ਅਖਤਿਆਰ ਕੀਤੀ, ਵੀ ਕਿਵੇਂ ਨਾ ਕਿਵੇਂ ਪਿਛਲੇ ਵੀ ਕਰਮ ਕੱਟੇ ਜਾਣ, ਖਬਰ ਹੈ ਕਿੰਨੇ ਜਨਮ ਦਾ ਹਿਸਾਬ ਕਿਤਾਬ ਚੱਲਿਆ ਆਉਂਦਾ। ਸੋ ਇਹ ਜਾਣ ਕੇ ਸਾਧਸੰਗ 'ਤੇ ਅਖੀਰ ਸਮਾਂ ਪਾ ਕੇ ਉਹੀ ਸਦਨਾ ਪ੍ਰਭੂ ਦਾ ਹੋਇਆ ਹੈ। ਸੋ ਜਿਸਦਾ ਇੱਕ ਸ਼ਬਦ ਗੁਰਬਾਣੀ ਵਿੱਚ ਵੀ ਆਉਂਦਾ ਹੈ, ਨਿਰਭ ਕੰਨਿਆ ਕੇ ਕਾਰਨ ਇੱਕ ਪਿਓ ਭੇਖ ਤਾਰੀ, ਕਾਮਾਰਥੀ ਸਵਾਰਥੀ ਵਾਕੀ ਪੈ ਸਵਾਰੀ, ਤਉਗਣ ਕਾਹੇ ਜਗਤ ਗੁਰਾਜੋ ਕਰਮ ਨਨਾਸੇ, ਸਿੰਘ ਸ਼ਰਨ ਕਤ ਜਾਈਓ ਜੰਬਕ ਗਰਾਸੇ, ਏਕ ਬੂੰਦ ਜਲ ਕਾਰਨੇ ਚਾਤਰ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨ ਆਵੈ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ, ਗੁਡਮੇ ਨੌਕਾ ਮਿਲੇ ਕਹੋ ਕਾਹੇ ਚੜਾਵੋ, ਮੈਂ ਨਾ ਹੀ ਕੁਛ ਹਾਂ ਨਹੀਂ ਕੁਛ ਆਹੇ ਨਾ ਮੋਰਾ, ਅਵਸਰ ਜਾ ਰੱਖ ਲਿਓ ਸਦਨਾ ਜਨ ਹੋਰਾ। ਇਹ ਸ਼ਬਦ ਹੁੰਦਾ ਹੈ ਕਿਉਂ, ਉਸ ਜਿਹੜਾ ਬੀਜ ਪਿਆ ਸੀ ਹਿਰਦੇ ਰੂਪੀ ਜ਼ਮੀਨ ਵਿੱਚ ਭਗਤੀ ਦਾ, ਉਸਨੇ ਕਿਤਨਾ ਵੱਡਾ ਕੰਮ ਕੀਤਾ। ਇਸੀ ਤਰ੍ਹਾਂ ਹੀ ਸਾਧ ਸੰਗਤ ਗਨਕਾ ਦੇ ਹਿਰਦੇ ਵਿੱਚ ਵੀ ਕੋਈ ਪਿਛਲੇ ਜਨਮ ਦੀ ਭਗਤੀ ਦਾ ਬੀਜ ਪਿਆ ਉੱਗਣ ਦੀ ਕੋਸ਼ਿਸ਼ ਕਰਦਾ ਹੈ, ਜੋ ਉਹਦੇ ਚਿੱਤ ਨੂੰ ਕਈ ਦਫ਼ਾ ਬੇਬਲ ਕਰਦਾ, ਮਨਾ ਮਨੁੱਖ ਦੇ ਮਿਲੀ ਭਗਤੀ ਕਰਨ ਵਾਸਤੇ, ਨੇਕੀ ਭਲਾਈ ਪਰਉਪਕਾਰ ਕਰਨ ਵਾਸਤੇ। ਪਰ ਤੇਰੀ ਜ਼ਿੰਦਗੀ ਦਾ ਰਾਹ ਇਹੋ ਜਿਹੇ ਪਾਸੇ ਹੈ, ਤੈਨੂੰ ਤਾਂ ਨਰਕਾਂ ਨੇ ਵੀ ਨਹੀਂ ਚੱਲਣਾ, ਇਹੋ ਜਿਹੇ ਖਿਆਲਾਤ ਆ ਕੇ ਉਸਦੇ ਚਿੱਤ ਨੂੰ ਬੇਬਲ ਕਰ ਦਿੰਦੇ ਸਨ। ਸੋ ਇਹ ਪਿਛਲੇ ਜਨਮ ਦੀ ਭਗਤੀ ਦਾ ਬੀਜ ਹੀ ਪ੍ਰਤੀਤ ਹੁੰਦਾ ਸੀ। ਪਾਪਾਂ ਦਾ ਹਾਰ ਪੁਰੋ ਤਾਂ ਆਹ
ਇਉਂ ਗਣਕਾਂ ਦੇ ਚਿੱਤ ਵਿੱਚ ਅਜੇ ਖਿਆਲਾਤ ਆ ਕੇ ਉਹਦੇ ਚਿੱਤ ਨੂੰ ਬੇਬਲ ਕਰ ਦਿੰਦੇ ਹਨ। ਪਰ ਬੇਵਸੀ ਗੱਲ ਲੰਗੜੇ ਗਧੇ ਵਾਲੀ ਹਾਲਤ ਹੈ। ਹਾਂ, ਸਮਾਂ ਆਉਂਦਾ ਹੈ ਤਾਂ ਉਹ ਬੀਜ ਉੱਗਣ ਦੀ ਕੋਸ਼ਿਸ਼ ਕਰਦਾ ਜਦੋਂ ਪਾਣੀ ਮਿਲ ਜਾਵੇ ਤਾਂ, ਜਾਂ ਬਾਰਿਸ਼ ਪੈ ਜਾਵੇ। ਉਸੀ ਸ਼ਹਿਰ ਦੇ ਬਾਹਰ ਇੱਕ ਮਹਾਤਮਾ ਰਹਿੰਦੇ ਸਨ। ਗੁਰਬਾਣੀ ਦਾ ਜਦੋਂ ਆਪਾਂ ਪਾਠ ਕਰਦੇ ਹਾਂ, ਆਦਿ ਤੋਂ ਅੰਤ ਤੱਕ ਅੱਛੀ ਤਰ੍ਹਾਂ ਅੱਖਾਂ ਖੋਲ੍ਹ ਕੇ ਪਾਠ ਕਰਦੇ ਹਾਂ, ਜ਼ਰਾ ਦੇਖਿਆ ਕਰੋ, ਸੰਤਾਂ ਦੀ ਮਹਿਮਾ ਥਾਂ ਥਾਂ ਕਥਨ ਆਉਂਦੀ ਹੈ। ਇਹ ਸ਼ਬਦ, ਇਹ ਬਚਨ ਸੰਤ, ਸਾਧ, ਮਹਾਂਪੁਰਖ, ਗੁਰਮੁਖ, ਤੱਤਵੇਤੇ, ਬ੍ਰਹਮ ਗਿਆਨੀ, ਇਹੋ ਜਿਹੇ ਬਹੁਤ ਸਾਰੇ ਬਚਨ ਆਉਂਦੇ ਹਨ ਜਿਹੜੇ ਇਸ ਗੱਲ ਦੇ ਲਿਖਾਇਕ ਹਨ ਵੀ ਇਹ ਰੂਹਾਂ ਪ੍ਰਭੂ ਨਾਲ ਮਿਲ ਚੁੱਕੀਆਂ। ਉਹਨਾਂ ਵੱਲ ਇਸ਼ਾਰਾ ਕਰਦੇ ਹਨ, ਭਾਵੇਂ ਇਹਦੇ ਵਿੱਚ ਲਿਬਾਸ ਵਗੈਰਾ ਦਾ ਕੋਈ ਰੌਲਾ ਨਹੀਂ, ਪਰ ਫਿਰ ਵੀ ਲੱਛਣ ਜ਼ਰੂਰ ਦੱਸੇ ਹਨ। ਜੇ ਸਾਸ ਗ੍ਰਾਸ ਨਾ ਵਿਸਰੇ, ਹਰਨਾਮਾ ਮਨਮੰਤ, ਧਨ ਸੁਸੇਈ ਨਾਨਕਾ ਪੂਰਨ ਸੇਈ। ਜਿਹਨੂੰ ਸਾਸ ਗ੍ਰਾਸ ਪ੍ਰਭੂ ਦਾ ਨਾਮ ਨਹੀਂ ਵਿਸਰਦਾ, ਆਤਮ ਗਿਆਨ ਸਹਿਤ ਹਨ, ਜਿਨ੍ਹਾਂ ਦੀ ਦ੍ਰਿਸ਼ਟੀ 'ਚ ਇਹ ਜਗਤ ਜੋ ਬੜਾ ਭਾਰਾ ਬਹੁਤ ਵਿਸਥਾਰ ਵਾਲਾ ਭਾਸ ਰਿਹਾ ਹੈ, ਕੁਛ ਵੀ ਅਸਤੀ ਨਹੀਂ ਰੱਖਦਾ ਸਿਵਾਇਕ ਸੰਕਲਪ ਤੋਂ, ਵਾਹਿਗੁਰੂ ਸਾਰੇ ਪਰਿਪੂਰਨ ਹੈ, ਉਹ ਦੇਖਣ ਵਾਲੀ ਜਿਹਦੀ ਅੱਖ ਖੁੱਲ੍ਹ ਗਈ ਹੈ, ਉਸਦਾ ਨਾਮ ਹੀ ਸੰਤ ਹੈ, ਜਿਸ ਕਰਕੇ ਉਹਦਾ ਚਿੱਤ ਸ਼ਾਂਤ ਹੋ ਚੁੱਕਾ ਹੈ, ਸੰਤ ਮੈਨੇ ਸ਼ਾਂਤੀ ਦੇ ਹਨ। ਇਉਂ ਕਰਕੇ ਇਹੋ ਜਿਹੇ ਮਹਾਂਪੁਰਖ ਹੋਰ ਬਹੁਤ ਸਾਰੇ ਲੱਛਣ ਦੱਸੇ ਹਨ ਸਾਸ ਸੰਤਾਂ ਦਾ ਜੀਵਨ ਭਜਨ ਹੁੰਦਾ ਹੈ। ਸੰਤ ਭਜਨ ਤੋਂ ਬਿਨਾਂ ਜੀ ਨਹੀਂ ਸਕਦੇ, ਜਿਵੇਂ ਮੱਛੀ ਦਾ ਜੀਵਨ ਪਾਣੀ ਹੈ, ਭਵਰੇ ਦਾ ਜੀਵਨ ਸੁਗੰਧੀ ਹੈ, ਇਸੀ ਤਰ੍ਹਾਂ ਹੋ ਕਈ ਇਹੋ ਜਿਹੇ ਦ੍ਰਿਸ਼ਟਾਂਤ ਹਨ। ਇਸੀ ਤਰ੍ਹਾਂ ਸੰਤਾਂ ਦਾ ਜੀਵਨ ਵਾਹਿਗੁਰੂ ਦਾ ਭਜਨ ਹੈ, ਉਹ ਭਜਨ ਤੋਂ ਬਿਨਾਂ ਜੀ ਨਹੀਂ ਸਕਦੇ। ਵਾਹਿਗੁਰੂ ਦਾ ਭਜਨ ਔਰ ਵਾਹਿਗੁਰੂ ਦੇਖਣ ਦੀ ਸੰਤੁਸ਼ਟੀ, ਇਹ ਉਹਨਾਂ ਦਾ ਜੀਵਨ ਹੈ। ਕਿਉਂ ਉਹਨਾਂ ਦੀ ਬਾਬਤ ਦੱਸਿਆ ਹੈ, ਜਿੰਦ ਬਚਦੀ ਨਹੀਂ ਗੁਰ ਸ਼ਬਦ ਬਿਨਾਂ, ਜਿੰਦ ਸਾਰੇ ਪ੍ਰੇਮੀ ਪਹਿਲੇ ਗੁਰੂ ਸਤੋਤਰ ਵਿੱਚ ਬੋਲਣਾ, ਅਰਦਾਸ ਵਿੱਚ ਇਕਵਾਨ ਹੋ ਕੇ ਸ਼ਾਮਿਲ ਹੋਣਾ, ਫਿਰ ਹੁਕਮਨਾਮਾ ਗੁਰੂ ਮਹਾਰਾਜ ਦਾ ਸੁਣ ਕੇ ਪ੍ਰਸ਼ਾਦ ਲੈ ਕੇ ਸ਼ਾਂਤੀ ਨਾਲ ਫਿਰ ਚਾਲੇ ਪਾਉਣ ਦੀ ਖੇਚ। ਧੰਨ ਹੈ, ਧੰਨ ਹੈ, ਧੰਨ ਹੈ